BC ਸਰਕਾਰ ਜਲਵਾਯੂ ਆਫਤਾਂ ਦੌਰਾਨ ਬਾਹਰ ਕੱਢੇ ਜਾਣ ਵਾਲਿਆਂ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨਾ ਆਸਾਨ ਬਣਾਉਣ ਦੇ ਲਈ ਨਵੇਂ ਉਪਾਅ ਪੇਸ਼ ਕਰ ਰਹੀ ਹੈ ਜੰਗਲੀ ਅੱਗ ਆਫਤਾਂ ਤੇ ਹੋਰ ਆਫਤਾਂ ਦੇ ਕਾਰਨ ਬੇਕਾਰੇ ਹੋਏ ਜਿਹੜੇ ਲੋਕ ਨੇ ਉਹਨਾਂ ਲਈ ਹੁਣ ਡਾਲਰ 200 ਰਿਹਾਇਸ਼ ਪੱਤਾ ਜਿਹੜਾ ਉਹ ਪ੍ਰਾਪਤ ਕਰਨ ਦੇ ਯੋਗ ਹੋਣਗੇ ਜੋ ਸਿੱਧੇ ਈ ਟ੍ਰਾਂਸਫਰ ਰਾਹੀਂ ਜਾਂ ਐਮਰਜੈਂਸੀ ਜਿਹੜੇ ਰਿਸੈਪਸ਼ਨ ਕੇਂਦਰਾਂ ਦੇ ਉੱਤੇ ਉਪਲਬਧ ਹੋਣਗੇ ਇਹ ਕਦਮ ਫੋਰਟ ਨੈਲਸਨ ਦੇ ਨੇੜਲੇ ਜਿਹੜੇ ਨੇ ਫਰਸਟ ਨੇਸ਼ਨ ਦੇ 4500 ਤੋਂ ਵੱਧ ਵਸਨੀਕਾਂ ਨੂੰ 10 ਮਈ ਦੀ ਸ਼ਾਮ ਨੂੰ ਆਪਣੇ ਘਰ ਛੱਡਣ ਲਈ ਜਦੋਂ ਕਿਹਾ ਗਿਆ ਸੀ ਤੇ ਸੈਂਕੜੇ ਕਿਲੋਮੀਟਰ ਦੂਰ ਫੋਰਟ ਸੈਂਟ ਜੌਨ ਤੇ ਭਾਈਚਾਰੇ ਦੇ ਵਿੱਚ ਰਾਤ ਪਰ ਲੰਬੇ ਸਮੇਂ ਤੱਕੋ ਸਫ਼ਰ ਕਰਕੇ ਪਹੁੰਚੇ ਐਨਐਨਏ ਪਹੁੰਚਣ ਤੇ ਉਹਨਾਂ ਨੂੰ ਖਾਣੇ ਤੇ ਹੋਟਲਾਂ ਦੇ ਕਾਰਨ ਐਮਰਜੈਂਸੀ ਰਿਸੈਪਸ਼ਨ ਸੈਂਟਰਾਂ ਦੇ ਉੱਤੇ ਲੰਮਾ ਇੰਤਜ਼ਾਰ ਵੀ ਕਰਨਾ ਪਿਆ ਉਸ ਤੋਂ ਬਾਅਦ ਹੀ ਇਹ ਸਹਾਇਤਾ ਐਲਾਨੀ ਗਈ BC ਦੇ ਲੋਕ ਜਿਹੜੇ ਜੰਗਲ ਦੀ ਅੱਗ ਕਾਰਨ ਆਪਣੇ ਘਰ ਛੱਡਣ ਨੂੰ ਮਜਬੂਰ ਹਨ ਉਹ ਹੁਣ ਰਿਹਾਇਸ਼ ਲਈ ਡਾਲਰ 200 ਪ੍ਰਤੀ ਰਾਤ ਪ੍ਰਾਪਤ ਕਰਨ ਦੇ ਯੋਗ ਹੋਣਗੇ ਸੂਬੇ ਦੇ ਜੰਗਲੀ ਅੱਗ ਦੇ ਸੀਜ਼ਨ ਬਾਰੇ ਅਪਡੇਟ ਦੇ ਵਿੱਚ ਐਮਰਜੈਂਸੀ ਪ੍ਰਬੰਧਨ ਤੇ ਜਲਵਾਯੂ ਤਿਆਰੀ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਰਿਕਾਰਡ ਤੋੜ ਜੰਗਲੀ ਅੱਗ ਦੇ ਸੀਜ਼ਨ ਤੋਂ ਫੀਡਬੈਕ ਤੋਂ ਬਾਅਦ ਨਿਕਾਸੀ ਕਰਨ ਵਾਲੇ ਹੁਣ ਆਪਣੀ ਰਿਹਾਇਸ਼ ਦੀ ਚੋਣ ਕਰਨ ਦੇ ਯੋਗ ਹੋਣਗੇ ਤੇ ਇੰਟਰਐਕਟ ਯਾਨੀ ਈ-ਟਰਾਂਸਫਰ ਰਾਹੀਂ ਪੈਸੇ ਪ੍ਰਾਪਤ ਕਰ ਸਕਣਗੇ ਹਾਲਾਂਕਿ ਜੇ ਉਹ ਚੌਂਥਾ ਬਾਹਰ ਕੱਢਣ ਵਾਲਿਆਂ ਨੂੰ ਐਮਰਜੈਂਸੀ ਸੇਵਾਵਾਂ ਦੁਆਰਾ ਸਿੱਧੇ ਤੌਰ ਤੇ ਰਿਹਾਇਸ਼ ਲਈ ਭੇਜਿਆ ਜਾ ਸਕਦਾ ਹੈ ਨਵਾਂ ਈ-ਟਰਾਂਸਫਰ ਉਹਨਾਂ ਲੋਕਾਂ ਨੂੰ ਰਿਹਾਇਸ਼ ਤੇ ਆਪਣੇ ਖੁਦ ਫੈਸਲੇ ਲੈਣ ਦੀ ਇਜਾਜ਼ਤ ਦੇਵੇਗਾ ਚਾਹੇ ਉਹ ਪਰਿਵਾਰ ਦੋਸਤ ਨਾਲ ਰਹਿਣਾ ਹੋਵੇ ਜਾਂ ਆਪਣੇ ਤੌਰ ਤੇ ਕੋਈ ਹੋਟਲ ਲੱਭਣਾ ਹੋਵੇ ਜਾਂ ਫਿਰ ਕੈਂਪ ਗਰਾਊਂਡ ਦੇ ਵਿੱਚ ਰਹਿਣਾ ਹੋਵੇ ਭੋਜਨ ਕੱਪੜਿਆਂ ਤੇ ਘਟਨਾਵਾਂ ਲਈ ਇਨਟ੍ਰੈਕੀ ਟ੍ਰਾਂਸਫਰ ਦੁਆਰਾ ਵਾਧੂ ਸਹਾਇਤਾ ਵੀ ਉਪਲਬਧ ਹੈ ਸੂਬੇ ਨੇ ਐਲਾਨ ਵੀ ਕੀਤਾ ਹੈ ਕਿ ਇਹ ਵੱਡੇ ਪੈਮਾਨੇ ਦੀਆਂ ਐਮਰਜੈਂਸੀਆਂ ਦੌਰਾਨ ਸੈਲਫ ਸਰਵਿਸ ਮਾਰਗ ਬਣਾ ਰਿਹਾ ਹੈ ਉਹਨਾਂ ਕਹਿੰਿਆ ਹੈ ਕਿ ਵੱਡੇ ਪੱਧਰ ਤੇ ਨਿਕਾਸੀ ਦੇ ਦੌਰਾਨ ਜਿਹੜੇ ਬਿਨਾਂ ਕਿਸੇ ਰਿਸੈਪਸ਼ਨ ਤੇ ਜਾਣ ਦੀ ਲੋੜ ਹੈ ਤਾਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਤੁਸੀਂ ਇੱਕ ਪ੍ਰੋਫਾਈਲ ਬਣਾਉਣ ਲਈ ਰਜਿਸਟਰਡ ਕਰਨ ਲਈ ess.government.bc.ca ਤੇ ਆਨਲਾਈਨ ਜਾ ਸਕਦੇ ਹੋ ਨਿਕਾਸੀ ਦੌਰਾਨ ਸਹਾਇਤਾ ਵਾਲੇ ਲੋਕਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਪਹਿਲਾਂ ਤੋਂ ਪ੍ਰੋਫਾਈਲ ਬਣਾਓ ਨਾਲ ਸਮਾਥੇ ਤਣਾ ਦੀ ਬਚਤ ਹੋਵੇਗੀ ਜੇਕਰ ਤੁਹਾਨੂੰ ਘਰ ਛੱਡਣ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਇੱਥੇ ਪਹੁੰਚ ਕਰਨੀ ਹੈ ਤਾਂ ਉਹ ਉਸ ਬਾਰੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਲੌਗਇਨ ਕਰਨ ਦੇ ਯੋਗ ਹੋਵੋਗੇ ਇਸ ਦੌਰਾਨ BC ਵਾਈਲਡਫਾਇਰ ਸਰਵਿਸ ਦੇ ਨਵੇਂ ਮੌਸਮੀ ਦ੍ਰਿਸ਼ਟੀਕੋਣ ਦੇ ਵਿੱਚ ਇਸ ਸਾਲ ਦੇ ਸੰਭਾਵੀ ਤੌਰ ਤੇ ਚੁਣੌਤੀਪੂਰਨ 2024 ਸੀਜ਼ਨ ਹੋਣ ਦੀ ਭਵਿਕਵਾਣੀ ਕੀਤੀ ਗਈ ਹੈ ਉਹ ਕਦਮ ਨੇੜਲੇ ਫੋਰਟ ਨੈਲਸਨ ਫਸਟ ਨੇਸ਼ਨ ਦੇ 45 100 ਤੋਂ ਵੱਧ ਵਸਨੀਕਾਂ ਨੂੰ 10 ਮਈ ਦੀ ਸ਼ਾਮ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ ਸੀ ਤੇ ਪਹੁੰਚਣ ਤੇ ਉਹਨਾਂ ਨੂੰ ਖਾਣੇ ਦੇ ਹੋਟਲਾਂ ਲਈ ਵਾਊਚਰ ਪ੍ਰਾਪਤ ਕਰਨ ਲਈ ਐਮਰਜੈਂਸੀ ਰਿਸੈਪਸ਼ਨ ਸੈਂਟਰਾਂ ਤੇ ਕਾਫੀ ਲੰਮਾ ਇੰਤਜ਼ਾਰ ਕਰਨਾ ਪਿਆ ਸੀ ਵੀਸ ਜਸੂ ਚੈਨਲ ਪੰਜਾਬੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ